ਸਾਰਿਆਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਐਜ ਯੂਜੂਅਲ ਜਿਵੇਂ ਬੋਲਿਆ ਜਾਂਦਾ। ਅਤੇ ਮੈਂ ਅੱਜ ਅਸੀਂ ਆਪਣੀ ਫਿਲਮ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਪੋਸਟਰ ਰਿਲੀਜ਼ ਕੀਤਾ ਅਤੇ ਸ਼ੂਟਿੰਗ ਡੇਟ ਬਾਰੇ ਤੁਹਾਨੂੰ ਦੱਸਾਂਗੇ। 20 ਫਰਵਰੀ ਤੋਂ ਇਹ ਫਿਲਮ ਅਸੀਂ ਫਲੋਰ 'ਤੇ ਲੈ ਕੇ ਜਾ ਰਹੇ ਅਤੇ ਆਹ ਮੇਰੀ ਟੀਮ ਬੈਠੀ ਹੋਈ ਹੈ, ਮੈਂ ਵਨ ਬਾਏ ਵਨ ਤੁਹਾਨੂੰ ਇਹਨਾਂ ਦੀ ਇੰਟਰੋਡਕਸ਼ਨ ਦੇ ਦੇਣਾ। ਫਸਟ ਮੇਰਾ ਜਿਗਰੀ ਯਾਰ ਮੇਰੀ ਜਾਨ ਮਿਸਟਰ ਕੁਮਾਰ ਅਜੇ ਐਜ਼ ਏ ਰਾਈਟਰ, ਮੈਂ ਜਿੰਨੀਆਂ ਫਿਲਮਾਂ ਵੀ ਕੀਤੀਆਂ ਇਹਨਾਂ ਦਾ ਬਹੁਤ ਯੋਗਦਾਨ ਰਿਹਾ। ਅਤੇ ਇਹਨਾਂ ਨੇ ਮੈਨੂੰ ਜਦੋਂ ਆਈਡੀਆ ਸੁਣਾਇਆ ਸੀਗਾ ਅਤੇ ਮੈਂ ਇਹਨਾਂ ਨੂੰ ਕਿਹਾ ਸੀ ਇਹ ਫਿਲਮ ਆਪਾਂ ਜ਼ਰੂਰ ਕਰਾਂ। ਅਤੇ ਇਹ ਰਾਈਟਰ ਵੀ ਨੇ ਅਤੇ ਫਿਲਮ ਐਕਟਰ ਵੀ ਨੇ, ਮਿਸਟਰ ਕੁਮਾਰ ਅਜੇ ਐਂਡ ਮਿਸਟਰ ਦੀਪ ਜੋਸ਼ੀ। ਮੇਰਾ ਮੰਨਣਾ ਕਿ ਵਨ ਆਫ ਦਾ ਫਾਈਨਲ ਐਕਟਰ ਹੈ ਅਤੇ ਮੇਰੇ ਇਹਦੇ ਨਾਲ ਥਰਡ ਫਿਲਮ ਕੰਟੀਨਿਊ ਕੀਤੀ ਜੁਗਨੀ ਹੁਣੀ ਅਸੀਂ ਕੰਪਲੀਟ ਕੀਤੀ ਹੈ। ਦੀਪ ਜੋਸ਼ੀ ਇੱਕ ਬਹੁਤ ਅੱਛਾ ਕਰੈਕਟਰ ਨਿਭਾ ਰਹੇ ਨੇ, ਉਹ ਤੁਸੀਂ ਇਹਨਾਂ ਨਾਲ ਬਾਅਦ 'ਚ ਰੂਬਰੂ ਹੋ ਗਏ। ਸਵੀਟ ਗਰਲ ਮਹਿਮਾ ਹੋਰਾ, ਹੁਣੀ ਅਸੀਂ ਲਾਸਟ ਫਿਲਮ ਜੁਗਨੀ ਕੀਤੀ ਹੈ, ਇਸ ਫਿਲਮ ਦੇ ਵਿੱਚ ਵੀ ਇਹਨਾਂ ਦਾ ਕਾਫੀ ਇੰਪੋਰਟੈਂਟ ਕਿਰਦਾਰ ਹੈ। ਥੋੜ੍ਹਾ ਮੈਂ ਇਹਨਾਂ ਨੂੰ ਹਲੇ ਕਿਹਾ ਕਿ ਤੁਸੀਂ ਦੱਸਣਾ ਨਹੀਂ ਜਦੋਂ ਤੱਕ ਮੈਂ ਇਹਨਾਂ ਨੂੰ। ਅਤੇ ਮਿਸਟਰ ਜੈਸ਼ ਪਟੇਲ ਇਹ ਲੰਡਨ ਤੋਂ ਨੇ, ਸਾਡੀ ਫਿਲਮ ਦੇ ਕੋ ਪ੍ਰੋਡਿਊਸਰ ਨੇ। ਇਸ ਤੋਂ ਪਹਿਲਾਂ ਅਸੀਂ ਗੁਜਰਾਤੀ ਫਿਲਮ ਕੀਤੀ ਹੈ, ਐਜ਼ ਏ ਪ੍ਰੋਡਿਊਸਰ ਮੈਂ ਕੀਤੀ ਹੈ, ਉਸ ਨੂੰ ਡਾਇਰੈਕਟਰ ਮਿਸਟਰ ਅਭਿਨ ਅਤੇ ਮੰਥਨ ਬੈਠੇ ਹੋਏ ਨੇ, ਐਜ਼ ਏ ਕ੍ਰੀਏਟਿਵ ਪ੍ਰੋਡਿਊਸਰ ਇਸ ਫਿਲਮ ਲਈ ਉਹਨਾਂ ਨੇ ਕੀਤੀ ਹੈ। ਅਤੇ ਜੈਸ਼ ਸਪੈਸ਼ਲ ਲੰਡਨ ਤੋਂ ਆਏ ਨੇ ਪ੍ਰੈਸ ਕਾਨਫਰੰਸ ਅਟੈਂਡ ਕਰਨ ਵਾਸਤੇ, ਅਤੇ ਮੈਂ ਰਿਕੁਐਸਟ ਕੀਤੀ ਇਹਨਾਂ ਨੂੰ ਸ਼ੂਟਿੰਗ 'ਤੇ। ਐਂਡ ਇਸ ਫਿਲਮ ਦੀ ਬੈਕਬੋਨ ਮਿਸਟਰ ਮੁੰਨਾ ਸ਼ੁਕਲ ਜੀ, ਜਿਹੜੇ ਕਿ ਮਤਲਬ ਮੇਨ ਪ੍ਰੋਡਿਊਸਰ ਕਹਿ ਸਕਦੇ ਮੁੰਨਾ ਜੀ ਨੇ। ਮੁੰਨਾ ਜੀ ਬੇਸਿਕਲੀ ਗੁਜਰਾਤ ਤੋਂ ਨੇ, ਇਹ ਬਿਜ਼ਨਸਮੈਨ ਨੇ, ਬਹੁਤ ਅੱਛਾ ਅੰਪਾਇਰ ਹੈ ਇਹਨਾਂ ਦਾ। ਅਤੇ ਇਹਨਾਂ ਨੂੰ ਫਿਲਮਾਂ ਦਾ ਪਤਾ ਨਹੀਂ ਸ਼ੌਂਕ ਕਿੱਥੋਂ ਪਿਆ, ਤੁਸੀਂ ਪੁੱਛ ਲਿਓ, ਬਟ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ। ਜਦੋਂ ਇਹਨਾਂ ਨੇ ਵੀ ਸੁਣੀ ਤਾਂ ਕਹਿੰਦੇ ਮੈਂ ਪੰਜਾਬ 'ਤੇ ਜਾ ਕੇ ਇਨਵੈਸਟ ਕਰਾਂਗਾ ਅਤੇ ਮੈਂ ਇਸ ਫਿਲਮ ਨੂੰ ਬਣਾਉਣਾ ਚਾਹਾਂਗਾ। ਅਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਗੁਜਰਾਤੀ ਹੋ ਕੇ ਇਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਹੱਥ ਰੱਖਿਆ। ਅਤੇ ਉਮੀਦ ਕਰਦਾ ਕਿ ਇਹ ਸਾਡੇ ਨਾਲ ਹਮੇਸ਼ਾ ਜੁੜੇ ਰਹਿਣਗੇ। ਐਜ਼ ਅ ਯੰਗੈਸਟ ਸਮਾਰਟ ਪ੍ਰੋਡਿਊਸਰ ਇਸ ਇੰਡਸਟਰੀ ਨੂੰ ਬਹੁਤ ਲੋੜ ਹੈ। ਐਂਡ ਪ੍ਰੀਤ ਬਾਟ, ਪ੍ਰੀਤ ਦੇ ਬਾਰੇ ਵੀ ਮੈਂ ਇਹ ਕਹਿਣਾ ਚਾਹੂੰਗਾ ਕਿ ਇਸ ਫਿਲਮ ਦੇ ਵਿੱਚ ਜਿਹੜਾ ਕਰੈਕਟਰ ਕਰ ਰਹੇ ਆ, ਜਿਹੜਾ ਜੁਗਨੀ 'ਚ ਇਹਨਾਂ ਨੇ ਕੀਤਾ, ਬਹੁਤ ਵਧੀਆ ਕੀਤਾ। ਅਤੇ ਜਦੋਂ ਮੈਂ ਪਹਿਲੀ ਵਾਰੀ ਇਹਨਾਂ ਨੂੰ ਮਿਲਿਆ ਸੀਗਾ, ਥੋੜ੍ਹਾ ਇਹਨਾਂ ਦੀ ਬਿਲਟ ਬਿਲਟ ਦੇਖ ਕੇ ਮੈਂ ਡਰ ਗਿਆ ਸੀਗਾ, ਬਾਡੀ ਬੁਡੀ ਬੜੀ ਅੱਛੀ ਹੈ, ਮੈਂ ਕਿਹਾ ਬਾਡੀ ਵਾਲੇ ਐਕਟਰ ਥੋੜ੍ਹੇ ਠੀਕ ਠਾਕ ਹੀ ਹੁੰਦੇ ਨੇ, ਪਰ ਪ੍ਰੀਤ ਨੇ ਮੈਨੂੰ ਬਿਲਕੁਲ ਨਿਰਾਸ਼ ਨਹੀਂ ਕੀਤਾ। ਅਤੇ ਮੈਂ ਆਉਣ ਵਾਲੇ ਫਿਊਚਰ ਦੇ ਵਿੱਚ ਵੀ ਜੇ ਕੋਈ ਪ੍ਰੋਜੈਕਟ ਕਰਾਂਗਾ ਤਾਂ ਮੇਰੀ ਫਸਟ ਚੋਇਸ ਜ਼ਰੂਰ ਹੋਏਗਾ ਇਹ ਬੰਦਾ, ਇਹ ਬੈਟਰ ਹੈ। ਥੈਂਕ ਯੂ ਪ੍ਰੀਤ, ਤੇਰੀ ਕੋਪਰੇਸ਼ਨ ਡੈਡੀਕੇਸ਼ਨ ਬਹੁਤ ਅੱਛਾ, ਮਤਲਬ ਇਨ ਟਾਈਮ। ਕਦੇ ਵੀ ਇਹਨੇ ਮੈਨੂੰ ਪਿਛਲੀ ਫਿਲਮ ਦੀ ਸ਼ੂਟਿੰਗ ਦੌਰਾਨ ਇਹੋ ਜਿਹੇ ਸੀਨ ਸੀ, ਕਦੇ ਪ੍ਰੀਤ ਨੇ ਨਿਰਾਸ਼ ਨਹੀਂ ਕੀਤਾ ਕਿ ਟਾਈਮ ਦੀ ਪ੍ਰੋਬਲਮ ਹੋਵੇ, ਸਟੈਮਿਨਾ ਦੀ ਪ੍ਰੋਬਲਮ ਹੋਵੇ, ਐਕਟਿੰਗ ਦੀ ਪ੍ਰੋਬਲਮ ਹੋਵੇ, ਇਨਵੋਲਵਮੈਂਟ ਦੀ ਪ੍ਰੋਬਲਮ। 110% ਇਨਵੋਲਵਮੈਂਟ ਸੀ, ਮੈਂ ਹਮੇਸ਼ਾ ਆਪਣੀ ਟੀਮ ਨੂੰ ਇਹੀ ਗੱਲ ਕਰਦਾ। ਬਾਕੀ ਜਿੰਨੇ ਵੀ ਇੱਥੇ ਬੈਠੇ ਮੇਰੇ ਨਾਲ ਕਾਫੀ ਟਾਈਮ ਤੋਂ ਜੁੜੇ ਆ, ਲੇਕਿਨ ਇਸ ਵਾਰ ਪ੍ਰੀਤ, ਸਿੱਧੀ ਅਤੇ ਮਹਿਮਾ ਇਹ ਮੇਰੀ ਟੀਮ ਦੇ ਵਿੱਚ ਮੈਂਬਰ ਬਣੇ ਨੇ। ਇਹਨਾਂ ਨੂੰ ਮੈਂ ਰਿਪੀਟ ਵੀ ਤਾਂ ਹੀ ਕੀਤਾ ਕਿ ਇਹਨਾਂ ਦੀ ਡੈਡੀਕੇਸ਼ਨ, ਇਹਨਾਂ ਦੀ ਇਨਵੋਲਵਮੈਂਟ ਇੰਨੀ ਅੱਛੀ ਹੈ ਕਿ ਮੈਨੂੰ ਦੁਬਾਰਾ ਇਹਨਾਂ ਨੂੰ ਟੀਮ 'ਚ ਲੈਣਾ ਪਿਆ, ਇਹ ਇਹਨਾਂ ਦੀ ਕਾਬਲੀਅਤ। ਦੈਨ ਸਿੱਧੀ ਆਹੂਜਾ, ਸਿੱਧੀ ਨੇ ਮਾਡਲਿੰਗ ਤੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ। ਜੁਗਨੀ ਦੇ ਵਿੱਚ ਆਡੀਸ਼ਨ ਦੇ ਕੇ ਜਦੋਂ ਆਈ ਸੀਗੀ ਤਾਂ ਫਸਟ ਟਾਈਮ ਤਾਂ ਮੈਨੂੰ ਲੱਗਿਆ ਕਿ ਯਾਰ ਬੜੀ ਸਿੱਧੀ, ਜਿਵੇਂ ਨਾਮ ਹੈ ਸਿੱਧੀ ਜੀ ਹੈ, ਬਟ ਸਲੋਲੀ 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 ਇਹਨੇ ਇੰਨਾ ਗਰੋ ਕੀਤਾ ਕਿ ਅੱਜ ਸਾਡੀ ਇਹ ਦੂਸਰੀ ਫਿਲਮ ਵੀ ਕਰ ਰਹੀ ਹੈ। ਅਤੇ ਸ਼ੀ ਇਜ਼ ਵੈਰੀ ਗੁੱਡ ਐਕਟਰ ਔਰ ਵੈਰੀ ਇਨੋਸੈਂਟ, ਸਿੱਧੀ ਆਹੂਜਾ। ਐਂਡ ਵੀਰ ਦੇ ਨਾਲ ਮੇਰੀ ਥਰਡ ਫਿਲਮ ਹੈ ਬੁਰਰਾ ਤੋਂ, ਪੈਸਾ ਯਾਰ ਐਂਡ ਪੰਗਾ ਐਂਡ ਦੈਨ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ। ਵੀਰ ਇਜ਼ ਵੈਰੀ ਕ੍ਰੀਏਟਿਵਲੀ ਇਨਵੋਲਵ ਹੋ ਕੇ ਕੰਮ ਕਰਦਾ ਅਤੇ ਮੇਰੀ ਟੀਮ ਦਾ ਬਹੁਤ ਅੱਛਾ ਹਿੱਸਾ, ਇਹ ਵੀ ਵਨ ਆਫ ਦਾ ਬੈਕਬੋਨ ਹੈ ਮਾਈ। ਥੈਂਕ ਯੂ ਵੈਰੀ ਮੱਚ। ਔਰ ਹਾਂ, ਮਿਸਟਰ ਅਭਿਨ, ਮਿਸਟਰ ਮੰਥਨ, ਪਲੀਜ਼ ਇੱਕ ਵਾਰ, ਤੁਸੀਂ ਸੀਟਾਂ ਘੱਟ ਸੀਗੀਆਂ ਤੁਹਾਨੂੰ ਇੱਧਰ ਲੈ ਕੇ ਨਹੀਂ ਆ ਸਕੇ, ਇਹ ਕ੍ਰੀਏਟਿਵ ਪ੍ਰੋਡਿਊਸਰ ਨੇ ਇਸ ਪਿਕਚਰ ਦੇ। ਥੈਂਕ ਯੂ। ਇੱਕ ਦੋ ਨਾਮ ਹੋਰ ਵੀ ਨੇ, ਉਹਨਾਂ ਨੇ ਕਿਹਾ ਹੁੰਦੇ ਸੀ ਅਜੇ ਪ੍ਰੋਡਿਊਸਰ ਅਨਾਊਂਸ ਨਹੀਂ ਹੋਣਾ, ਉਹ ਬਾਅਦ 'ਚ ਅਨਾਊਂਸ ਹੋਣਗੇ। ਮੈਂ ਉਹਨਾਂ ਤੋਂ, ਮੇਰੇ ਭਰਾ ਹੀ ਨੇ, ਮੈਂ ਮਾਫ਼ੀ ਮੰਗਦਾ ਕਿ ਯਾਰ ਤੁਸੀਂ ਐਂ ਕਿਉਂ ਕੀਤਾ, ਅਨਾਊਂਸ ਹੋਣਾ ਚਾਹੀਦਾ ਸੀ। ਚਲੋ ਤੁਹਾਨੂੰ ਬਾਅਦ 'ਚ ਦੱਸਦੇ ਹਾਂ, ਕੁਛ ਪ੍ਰੋਡਿਊਸਰ ਸਾਡੇ ਮਿਸਿੰਗ ਹੈਗੇ ਇੱਥੇ ਆ, ਪਰ ਅਸੀਂ ਅਨਾਊਂਸ ਨਹੀਂ ਕਰ ਰਹੇ। ਥੈਂਕ ਯੂ। ਐਂਡ ਮੀਡੀਆ ਸੇ ਕੋਈ ਕੁਐਸਚਨ ਕਰ ਸਕਦਾ ਹੈ ਸਰ? ਐਨੀਬਡੀ? ਸਾਗਰ ਸਰ, ਹਾਈ।
ਬਹੁਤ ਟਾਈਮ ਤੋਂ ਦੇਖਦੇ ਆ ਰਹੇ ਹਾਂ ਤੁਹਾਨੂੰ ਐਕਚੁਅਲੀ, ਅਤੇ ਐਜ਼ ਅ ਡਾਇਰੈਕਟਰ ਤੁਸੀਂ ਬਾਕੀਆਂ ਨਾਲ ਕੰਮ ਕੀਤਾ ਹੋਇਆ ਸੀਗਾ, ਸਿੱਧੀ ਨਾਲ ਤੁਹਾਨੂੰ ਪਹਿਲੀ ਵਾਰੀ ਸੀਗਾ, ਆਈ ਵਾਂਟ ਟੂ ਆਸਕ ਕੁਐਸਚਨ ਅਬਾਊਟ ਹਰ ਐਕਚੁਅਲੀ, ਸ਼ੀ ਡਜ਼ਨਟ ਨੋ ਪੰਜਾਬੀ ਮੱਚ, ਤਾਂ ਤੁਹਾਨੂੰ ਕੋਈ ਮੁਸ਼ਕਿਲ ਨਹੀਂ ਆਈ ਸਿੱਧੀ ਨਾਲ ਕੰਮ ਕਰਦੇ? ਦੇਖੋ ਇਹ ਤਾਂ ਵੈਰੀ ਗੁੱਡ ਮਾਡਲ ਹੈ ਤੁਹਾਡਾ। ਨਹੀਂ ਨਹੀਂ ਉਹ ਐਕਟਰ ਵੀ ਠੀਕ ਹੈ। ਦੇਖੋ ਪ੍ਰੋਬਲਮ ਪਤਾ ਕੀ ਹੈ, ਬੇਸਿਕਲੀ ਮੇਰੀ ਥੀਏਟਰ ਤੋਂ ਬੈਕਗ੍ਰਾਉਂਡ ਹੈ, ਮੇਰਾ ਇੱਕ ਐਕਟਰ ਨੂੰ ਚੂਜ਼ ਕਰਨ ਦਾ ਤਰੀਕਾ ਥੋੜ੍ਹਾ ਅਲੱਗ ਹੈ। ਅਸੀਂ ਜਦੋਂ ਆਡੀਸ਼ਨ ਲੈਂਦੇ ਮੈਂ ਸਾਰਾ ਵਾਇਸ ਮੋਡੂਲੇਸ਼ਨ ਦੇਖਦਾ, ਵਾਇਸ ਕਲਚਰ, ਵਾਇਸ ਕੁਆਲਿਟੀ ਔਰ ਬਾਡੀ ਲੈਂਗੁਏਜ, ਉਹ ਕਿਹੜੇ ਕਰੈਕਟਰ ਨੂੰ ਕਿਵੇਂ ਸੂਟ ਕਰਦੀ ਹੈ। ਜਦੋਂ ਤੁਸੀਂ ਇਸ ਫਿਲਮ ਦਾ, ਤਾਂ ਚਲੋ ਹੁਣ ਆਪਾਂ ਇਹਦੀ ਗੱਲ ਕਰ ਰਹੇ ਹਾਂ, ਸ਼ਾਇਦ ਯੂਨੀਅਸ ਤੋਂ ਪਹਿਲਾਂ ਰਿਲੀਜ਼ ਹੋ ਜਾਏ, ਤਾਂ ਜਿਹੜੀ ਗੱਲ ਮੈਂ ਕਹਿ ਰਿਹਾ ਕਿ ਇਹਨੇ ਬਹੁਤ ਵਧੀਆ ਕੰਮ ਕੀਤਾ ਜਾਂ ਬਹੁਤ ਅੱਛਾ ਕੀਤਾ, ਠੀਕ ਹੈ, ਤੁਹਾਨੂੰ ਨਜ਼ਰ ਵੀ ਆਏਗਾ ਔਰ ਤੁਸੀਂ ਖੁਦ ਲਿਖੋਗੇ ਕਿ ਯਾਰ ਵਧੀਆ ਚੋਇਸ ਸੀ ਔਰ ਇਹਨੇ ਬੜੀ ਮਿਹਨਤ ਕੀਤੀ ਹੈ, ਮਤਲਬ ਪੰਜਾਬੀ ਵਾਸਤੇ ਵੀ, ਮਤਲਬ ਜਿੰਨੀ ਕੁ ਮੈਨੂੰ ਚਾਹੀਦੀ। ਮੈਂ ਨਹੀਂ ਕਹੂੰਗਾ ਕਿ ਬਹੁਤ ਅੱਛੀ ਹੈ ਪੰਜਾਬੀ ਬੋਲ ਲੈਂਦੀ ਹੈ ਜਾਂ ਉਹ ਕਰਦੀ ਹੈ, ਜੋ ਡਾਇਲੋਗ ਦੇ ਵਿੱਚ, ਬਾਕੀ ਅਜੇ ਸਰ ਬਹੁਤ ਅੱਛਾ ਲਿਖਦੇ ਆ, ਸਮਝਾ ਵੀ ਬਹੁਤ ਵਧੀਆ ਦਿੰਦੇ ਆ ਮੇਰੀ ਟੀਮ ਦੇ ਵਿੱਚ। ਸੋ ਜਿੰਨਾ ਮੈਨੂੰ ਇਹਦੀ ਐਜ਼ ਐਨ ਐਕਟਰ ਜ਼ਰੂਰਤ ਸੀ, ਇਹਨਾਂ ਉਸ ਤੋਂ ਵੱਧ ਹੀ ਦਿੱਤਾ। ਸਰ ਹਥਿਆਰ ਦੇ ਨਾਲ ਨਾਲ ਨਸ਼ੇ ਦੀ ਵੀ ਪ੍ਰਮੋਸ਼ਨ ਹੈ ਵਿੱਚ? ਸਰ ਬੇਸਿਕਲੀ ਹੁਣ ਮੈਨੂੰ ਪਤਾ ਸੀ ਇਹ ਸਵਾਲ ਤਾਂ ਹੋਣਾ ਹੀ ਹੈ, ਅਤੇ ਨਸ਼ਾ ਦੀ ਬਿਲਕੁਲ ਪ੍ਰਮੋਸ਼ਨ ਨਹੀਂ ਹੈ, ਅਸੀਂ ਹਥਿਆਰ ਦੀ ਵੀ ਕੋਈ ਪ੍ਰਮੋਸ਼ਨ ਨਹੀਂ ਕਰ ਰਹੇ, ਬਟ ਟਾਈਟਲ ਸਾਡਾ ਇਹ ਹੈ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ। ਆਦਮੀ ਸ਼ੌਂਕ ਸ਼ੌਂਕ 'ਤੇ ਕਿੱਥੇ ਪਹੁੰਚਦਾ ਅਤੇ ਉੱਥੋਂ ਕਿਵੇਂ ਨਿਕਲਦਾ, ਅਤੇ ਜਾਂ ਨਿਕਲ ਵੀ ਪਾਉਂਦਾ ਜਾਂ ਨਹੀਂ ਨਿਕਲ ਪਾਉਂਦਾ, ਦਿਸ ਇਜ਼ ਆਵਰ ਕੰਸਰਨ। ਚਾਰ ਮੁੰਡੇ ਤੁਸੀਂ ਦੇਖ ਰਹੇ ਹੋ ਇੱਥੇ, ਠੀਕ ਹੈ, ਕਿ ਇਹ ਆਪਦੀ ਲਾਈਫ ਨੂੰ ਕਿਵੇਂ ਸ਼ੁਰੂ ਕਰਦੇ ਆ ਤੇ ਕਿਵੇਂ ਐਂਡ ਤੱਕ ਲੈ ਕੇ ਜਾਂਦੇ ਆ, ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਹਰਡਲ ਤੇ ਇਹਨਾਂ ਨੂੰ ਆਉਂਦੀ ਹੈ, ਤੇ ਕਿਹੜੇ ਕਿਹੜੇ ਕੰਮ ਸਾਨੂੰ ਨਹੀਂ ਕਰਨੇ ਚਾਹੀਦੇ। ਨਾਲ ਤੁਹਾਨੂੰ ਥਿਨ ਮੈਸੇਜ ਵੀ ਹਲਕਾ ਹਲਕਾ ਮਿਲੇਗਾ, ਮੈਂ ਜ਼ਿਆਦਾ ਇਸ ਕਰਕੇ ਰਿਵੀਲ ਨਹੀਂ ਕਰ ਰਿਹਾ ਕਿਉਂਕਿ ਹਲੇ ਸ਼ੂਟਿੰਗ ਪ੍ਰੋਸੈਸ ਹੈ, ਫਿਰ ਹੋਰ ਵੀ ਪ੍ਰੈਸ ਕਾਨਫਰੰਸ ਹੋਣੀ ਹੈ, ਉਹਦੇ ਵਿੱਚ ਤੁਸੀਂ ਹਲੇ ਵੀ ਡਿਟੇਲਿੰਗ 'ਚ, ਐਕਟਰ ਨਾਲ ਵੀ ਮੇਰੀ ਬਹੁਤ ਜ਼ਿਆਦਾ ਗੱਲ ਨਹੀਂ ਹੋਈ, ਸਿਰਫ ਆਈਡੀਆ ਸ਼ੇਅਰ ਹੋਇਆ ਸਾਡਾ, ਹਲੇ ਸਿਰਫ ਸਟੋਰੀ ਸਕ੍ਰੀਨ ਪਲੇਅ ਦੀ ਗੱਲ ਕਰੀ ਮੇਰੇ ਅਤੇ ਅਜੇ ਸਰ ਦੇ ਵਿੱਚ ਹੀ ਹੈ, ਸਿਰਫ ਇਹਨਾਂ ਨੂੰ ਥੋੜ੍ਹਾ ਥੋੜ੍ਹਾ ਦੱਸਿਆ ਕਿ ਇਸ ਤਰ੍ਹਾਂ ਦੇ ਕਰੈਕਟਰ ਇਹਨੂੰ ਪ੍ਰਪੇਅਰ ਕਰੋ, ਔਰ ਅਸੀਂ ਪਰਸੋਂ ਤੋਂ ਵਰਕਸ਼ਾਪ ਸ਼ੁਰੂ ਕਰ ਰਹੇ ਹਾਂ ਇਹਨਾਂ ਦੇ ਨਾਲ ਡਿਟੇਲਿੰਗ ਦੇ ਵਿੱਚ, ਜਿਹੜੀ ਕਿ ਮਤਲਬ ਮੈਂ ਚਾਹ ਰਿਹਾ ਕਿ ਆਰਟਿਸਟ ਆਪਣਾ ਕਰੈਕਟਰ ਕਿਵੇਂ ਪਕੜਦੇ ਆ। ਹਾਂ, ਬਾਕੀ ਰਹੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਅਸੀਂ ਇੱਕ ਮੈਸੇਜ ਤਾਂ ਖੈਰ ਤੁਸੀਂ ਬੁਰਰਾ ਵੀ ਦੇਖੀ ਆ, ਮੈਂ ਕੀਤੀ ਸੀਗੀ, ਹੁਣ ਇਹ ਖਿੰਦੀ ਫਿਲਮ ਕੀਤੀ ਹੈ, ਮੇਰਾ ਥੀਏਟਰ ਤੋਂ ਬੈਕਗ੍ਰਾਉਂਡ ਹੈ, ਮੇਰੀ ਸ਼ੁਰੂ ਤੋਂ ਕੋਸ਼ਿਸ਼ ਰਹੀ ਹੈ ਕਿ ਕੋਈ ਨਾ ਇੱਕ ਚੀਜ਼ ਜਦੋਂ ਤੁਸੀਂ ਥੀਏਟਰ ਤੋਂ ਬਾਹਰ ਆਓ ਤਾਂ ਤੁਹਾਡੇ ਨਾਲ ਕੈਰੀ ਹੋ ਜਾਵੇ ਕਿ ਹਾਂ ਯਾਰ ਇਹ ਕਰਨਾ ਚਾਹੀਦਾ ਜਾਂ ਇਹ ਨਹੀਂ ਕਰਨਾ ਚਾਹੀਦਾ, ਇਹ ਜ਼ਰੂਰ ਤੁਹਾਨੂੰ ਮੈਸੇਜ ਮਿਲੇਗਾ 100%। ਲੇਕਿਨ ਸਿਨੇਮਾ ਕਮਰਸ਼ੀਅਲ ਹੈ, ਉਹਦੇ ਵਿੱਚ ਆਪਾਂ ਗੱਲ ਕਰ ਲਈਏ ਗਾਣਿਆਂ ਦੀ ਗੱਲ ਕਰ ਲਈਏ ਜਾਂ ਕਮਰਸ਼ੀਅਲ ਫਿਲਮਾਂ ਦੀ ਗੱਲ ਕਰ ਲਈਏ, ਬਿਜ਼ਨਸ ਵੀ ਇੱਕ ਹੈਗਾ, ਉਹ ਬਿਜ਼ਨਸ ਨੂੰ ਵੀ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਇੱਕ ਆਦਮੀ ਇਨਵੈਸਟ ਕਰ ਰਿਹਾ ਉਹਦੇ ਪੈਸੇ ਵੀ ਮੁੜਨੇ ਚਾਹੀਦੇ ਆ, ਅਤੇ ਮੈਂ ਜੀ ਡਾਇਰੈਕਟਰ ਹੁੰਦਾ ਕਿ ਮੈਂ ਚਲੋ ਵਿੱਚ ਇਸ ਜ਼ਰੀਏ ਦੇ ਵਿੱਚ ਕੁਛ ਨਾ ਕੁਛ ਵੇਚ ਪਾ ਦਾ। ਪੈਸ਼ਨ ਦੇਖ ਰਹੇ ਸੀਗੇ ਜਾਗਰ ਭਾਜੀ, ਕਹਿੰਦੇ ਸੀ ਅਸੀਂ ਫਿਲਮ ਕਰਨੀ ਹੈ, ਮੈਂ ਫਿਲਮ ਬਣਾਉਣੀ ਹੈ, ਜਦੋਂ ਇਹਨਾਂ ਨੇ ਫਸਟ ਟਾਈਮ ਪੁਰਾ ਬਣਾਈ ਸੀਗੀ ਤੇ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਅਸੀਂ ਫੈਮਲੀ 'ਚ ਕੰਮ ਕਰ ਰਹੇ ਹਾਂ, ਕਿਉਂਕਿ ਮੈਂ ਵੀਰ ਅਜੇ ਭਾਜੀ ਅਸੀਂ ਪਹਿਲਾਂ ਇਕੱਠੇ ਰਹਿੰਦੇ ਰਹੇ ਹਾਂ, ਇਕੱਠੇ ਸੋਚਦੇ ਸੀਗੇ, ਜਦੋਂ ਇਹਨਾਂ ਨਾਲ ਫਿਲਮ ਕਰਦੇ ਹਾਂ ਤੇ ਸਾਨੂੰ ਇੱਕ ਬਹੁਤ ਕੰਫਰਟੇਬਲ ਇੱਕ ਐਜ਼ ਐਨ ਐਕਟਰ ਨੂੰ ਲਿਬਰਟੀ ਚਾਹੀਦੀ ਹੁੰਦੀ ਹੈ, ਤੁਸੀਂ ਕੈਰੈਕਟਰ ਨੂੰ ਜੀਣ ਵਾਸਤੇ, ਉਹ ਸਾਨੂੰ ਬੁਰਾ 'ਚ ਮਿਲੀ, ਜੁਗਨੀ ਯਾਰਾਂ 'ਚ ਮਿਲੀ, ਕਿ ਇੱਕ ਇਹਨਾਂ ਦਾ ਵਿਜ਼ਨ ਹੁੰਦਾ ਵੀ ਮੇਰੀ ਇੱਕ ਇੱਦਾਂ ਦੇ ਥੋਟ ਪ੍ਰੋਸੈਸ ਹੈ, ਮੇਰੇ ਐਕਟਰ ਇੱਦਾਂ ਦੇ ਨੇ, ਤਾਂ ਤੁਹਾਨੂੰ ਹੋਰ ਕੰਫਰਟੇਬਲ ਹੋ ਜਾਣਾ ਤੁਸੀਂ ਆਪਣਾ ਕੈਰੈਕਟਰ ਜੀਣ ਵਾਸਤੇ। ਸੋ ਵਿਦਾਊਟ ਐਨੀ ਡਾਊਟ ਸ਼ੌਂਕ ਆਪਣਾ ਮਿੱਤਰਾਂ ਦੇ ਜਿਹੜੀਆਂ ਹਥਿਆਰਾਂ ਦਾ ਅਸੀਂ ਕਰਨ ਲੱਗਿਆ ਹੁਣ ਮੂਵੀ, ਇਸ ਵਿੱਚ ਵੀ ਇਹੀ ਹੈ ਵੀ ਸਾਨੂੰ ਪਤਾ ਸਾਗਰ ਭਾਜੀ ਕਰ ਰਹੇ ਨੇ, ਅਜੇ ਭਾਜੀ ਕਰ ਰਹੇ ਨੇ, ਸਾਨੂੰ ਪਤਾ ਇਹਨਾਂ ਦੀ ਵਿਜ਼ਨ ਕਲੀਅਰ ਹੈ, ਇਹ ਲੋਕ ਕੀ ਥੋਟ ਲੈ ਕੇ ਚੱਲੇ ਹੋਏ ਨੇ, ਟਾਈਟਲ ਇਹਨਾਂ ਦਾ ਕੁਛ ਹੋ ਰਿਹਾ, ਮੂਵੀ ਵਿੱਚ ਅਸੀਂ ਕੀ ਦਿਖਾਉਣਾ ਚਾਹੁੰਦੇ ਹਾਂ, ਵੀ ਆਰ ਵੈਰੀ ਮੱਚ ਕਲੀਅਰ। ਸੋ ਇਹ ਮਜ਼ਾ ਆਉਂਦਾ ਸਾਨੂੰ ਕੀ ਮੇਰਾ ਕੰਮ ਕਰਕੇ। ਪੋਸਟਰ ਦੇ ਵਿੱਚ ਸਿਰਫ ਮੇਲਸ ਦਿਖਾਈ ਦੇ ਰਹੇ ਨੇ, ਕਿਤੇ ਵੀ ਫੀਮੇਲ ਕੋਈ ਨਹੀਂ ਹੈਗੀ, ਕਿ ਫੀਮੇਲ ਸਿਰਫ ਉਹਦੇ ਵਿੱਚ ਗਲੈਮਰ ਵਾਸਤੇ ਨੇ ਮੂਵੀ 'ਚ? ਮੈਮ ਉਹੀ ਮੈਂ ਕਹਿੰਦੇ ਸ਼ੂਟਿੰਗ ਸ਼ੁਰੂ ਹੋਣੀ ਹੈ, ਇੱਕ ਪ੍ਰੈਸ ਕਾਨਫਰੰਸ ਹੋਰ ਕਰਾਂਗੇ, ਫਿਰ ਤੁਹਾਨੂੰ ਫੀਮੇਲ ਵੀ ਦਿਖਾਵਾਂਗੇ ਪੋਸਟਰ 'ਤੇ ਕਿਵੇਂ ਆਉਂਦੀਆਂ ਨੇ, ਤੇ ਤੁਸੀਂ ਪ੍ਰਾਊਡ ਫੀਲ ਕਰੋਗੇ। ਤੁਸੀਂ, ਤੁਹਾਡਾ ਗੁੱਡ ਨੇਮ? ਹਰਸਿਮਰਨ। ਤੁਸੀਂ ਯਾਦ ਰੱਖਿਓ ਮੇਰੀ ਇਹ ਗੱਲ ਦਾ, ਤੁਸੀਂ ਉਸ ਤੋਂ ਬਾਅਦ ਮੈਨੂੰ ਸਵਾਲ ਪੁੱਛੋ ਜਦੋਂ ਕੁੜੀਆਂ ਪੋਸਟਰ 'ਤੇ ਆਉਣਗੀਆਂ ਤੇ ਕਿਵੇਂ ਆਉਣਗੀਆਂ, ਤੇ ਫਿਲਮ ਦੇ ਵਿੱਚ
ਅੱਜ ਤੱਕ ਪੰਜਾਬੀ ਫਿਲਮ ਦੇ ਵਿੱਚ ਇਸ ਤਰ੍ਹਾਂ ਦੀਆਂ ਕੁੜੀਆਂ ਪੇਸ਼ ਨਹੀਂ ਹੋਈਆਂ ਜਿਹੜੀਆਂ ਇਹਦੇ ਚ ਹੋਣਗੀਆਂ ਦਿਸ ਇਜ਼ ਮਾਈ ਪ੍ਰੋਮ ਚਲੋ ਅਸੀਂ ਉਮੀਦ ਕਰਦੇ ਹਾਂ ਯਾ ਸ਼ੋਰ ਹਸਨ ਡੈਫੀਨਿਟ ਆਪਾਂ ਗੱਲ ਕਰਾਂਗੇ ਇਸ ਤੋਂ ਮੇਰੇ ਤਾਂ ਕਈ ਯਾਰ ਦੋਸਤ ਆਉਂਦੇ ਹੁੰਦੇ ਆ ਉਹ ਪਹਿਲਾਂ ਇਹੀ ਕਰਦੇ ਰਹਿੰਦੇ ਆ ਪਰ ਲੇਕਿਨ ਹਥਿਆਰਾਂ ਦਾ ਯੂਜ਼ ਕਿਵੇਂ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਉਹ ਜ਼ਰੂਰ ਤੁਹਾਨੂੰ ਅਸੀਂ ਦੱਸਾਂਗੇ। ਇਸ ਫਿਲਮ ਦੇ ਵਿੱਚ ਇੱਕ ਮੈਸੇਜ ਹੈ ਉਹ ਅਜੇ ਸਰ ਨੇ ਬੜਾ ਅੱਛਾ ਡਿਫਾਈਨ ਕੀਤਾ ਉਹ ਜਦੋਂ ਤੁਸੀਂ ਫਿਲਮ ਦੇਖੋਗੇ ਉਦੋਂ ਤੁਹਾਨੂੰ ਜ਼ਰੂਰ ਸਮਝ ਆਏ। ਸਿੱਧੀ ਸਿਚੁਏਸ਼ਨ ਹੈ ਕਿ ਮੇਰਾ ਸਿੱਧੀ ਲਾਸਟ ਟਾਈਮ ਵੀ ਮੈਟ ਯੂ ਐਂਡ ਯੂ ਆਰ ਐਨ ਅਲਟਰਾ ਮਾਡਰਨ ਗਰਲ ਕੈਲੰਡਰ ਗਰਲ ਆਲਸੋ ਪਤਾ ਨਹੀਂ ਤੁਹਾਨੂੰ ਪਤਾ ਕਿ ਨਹੀਂ ਸਾਰਾ ਕੁਛ ਹੈ ਤੋ ਆਪ ਨਹੀਂ ਪਤਾ ਤੋ ਇਹਨਾਂ ਨੇ ਆਪਣੇ ਆਪ ਬਤਾਇਆ ਸਿੱਧੀ ਆਪ ਅਬ ਵੈਸਟਰਨ ਕਲਚਰ ਸੇ ਮਤਲਬ ਬਿਲਕੁਲ ਡਿਫਰੈਂਟ ਲੱਗ ਰਹੇ ਹੋ ਅਭੀ और ये तो मेरे लिए बहुत प्राइड की बात है कि मुझे ये कैरी करने के लिए मिल रहा है कैरेक्टर ऐसा अटायर मैं हमेशा चाहूंगी कि मुझे मिले एंड ये हमेशा अच्छी बात है आई मीन हमेशा इंसान ड्रेसिंग में तो नहीं रह सकता मूवी की जो रिक्वायरमेंट है उसके अकॉर्डिंग होता है सत श्री अकाल जी तुम किवें हो ਮੁੰਨਾ ਜੀ ਤੁਸੀਂ ਤਾਂ ਬਿਜ਼ਨਸਮੈਨ ਹੈ ਨਾ ਤੇ ਤੁਹਾਨੂੰ ਇਹ ਸ਼ੌਕ ਕਿਵੇਂ ਲੱਗ ਗਿਆ ਮੈਨੂੰ ਬੋਲਾ ਆਪ ਤਾਂ ਗੁਜਰਾਤੀ ਹੋ ਗੁਜਰਾਤ ਮੇਂ ਜੋ ਲੋਕ ਹੋਤੇ ਬੋਲੇ ਵਾਲੇ ਹੋਤੇ ਹੈ ਔਰ ਸਮੁੰਦਰ ਵੀ ਨਜ਼ਦੀਕ ਹੈ ਪਰਦੇ ਜੈ ਸਮਗਲਿੰਗ ਹੋ ਗਈ ਵਹਾਂ ਸੇ ਤੋ ਆਪ ਉਸ ਸ਼ੌਕ ਕੈਸੇ ਜਾਂ ਇਹਨੇ ਸਾਥ ਜੁੜਨੇ ਮੈਡਮ ਇੱਕ ਸ਼ੌਕ ਪਤਾ ਹੈ ਮੂਵੀ ਬਣਾਉਣਾ एक शौक होता है मूवी अलग अलग सब्जेक्ट पे बनाना अब हम तो बेसिकली सूरत से हैं गुजरात से हैं और वहाँ पे गुजरात की ऑडियंस अभी तक एक्शन मूवी पसंद नहीं कर रही लेकिन मुझे इंटरेस्ट ज़्यादा एक्शन मूवी में है वहाँ पर अभी तक रोमांटिक और कॉमेडी मूवी चल रही है एक्शन मूवी आती है तो लोग पसंद नहीं करते मैंने सागर सर को अपना इंटरेस्ट दिखाया कि मुझे एक एक्शन मूवी थोड़ा बनाना है तो उन्होंने बोला चलो पंजाब मैंने बोला चलो पंजाब दोनों का इंटरेस्ट एक हो गया हम आ गए आपके पंजाब तक वैसे भाई मेरा प्रोड्यूसर हूँ मेरा इंटरेस्ट तो बिजनेस से लेना जुड़ा रहेगा सागर सर को 5 साल से जानता हूँ उनके साथ 5 साल से मैं जुड़ा हूँ बड़े बिजनेस अभी करना हम लोगों ने शुरू किया है बहुत सारे एम है ऐसा नहीं है हम लोग रीजनल मूवी में आए हैं और जब मैंने सर्च किया तो रीजनल मूवी में हिंदी और साउथ के बाद अगर सबसे अच्छी कोई रीजनल मूवी बनती है तो पंजाबी और गुजराती जो मुझे टच करती है तो भाई हम लोगों ने सोचा कि हमको अब कुछ उस लेवल पे जाना है कि हम साउथ और बॉलीवुड को भी टक्कर दे सकें तो उसी की एक कोशिश हम लोगों ने शुरू की है देखते हैं आप सबका सहयोग रहेगा आगे तक जाएंगे मैडम वो सब्जेक्ट वहाँ का है तो वही बनेगा यहाँ का सब्जेक्ट ये है तो यहाँ ये बनेगा ਆਪਣੇ ਬੰਦੇ ਦੀ ਰਿਸਪੋਂਸੀਬਿਲਿਟੀ ਤੇ ਗੱਲ ਹੈ
So as an actor, I feel I'm very blessed. Jitna aise pehli baar kaam karunga Siddhi Deepa ji naal mera experience. After that day, you can say that for me personally, working with a team that is very creative is a great plus. Bas. कोई और प्रश्न पूछ सकते हैं बस हां तो ऐसे कर लिए पैकल लेके तुसी पता नहीं ਸਕਦੇ ਨਾ ਕੀ ਕੀ ਕਰੋਗੇ ਤੁਸੀਂ ਇਸ ਉਹਦੇ ਚ ਜਵਾਬ ਦੇਣਾ ਹੀ ਨਹੀਂ ਚਾਹੁੰਦੇ ਅਗਲੀ ਕਾਨਫਰੰਸ ਚਾਹੁੰਦੇ ਹੋ ਕਰਨਾ ਤਾਂ ਨਹੀਂ ਨਹੀਂ ਮੈਂ ਤਾਂ ਤੁਹਾਨੂੰ ਜੋ ਮੈਂ ਤੁਹਾਨੂੰ ਕਿਹਾ ਸੱਚ ਹੈ ਜੋ ਮੈਂ ਤੁਹਾਨੂੰ ਕਿਹਾ ਤੁਸੀਂ ਕੁੜੀ ਹੋਣ ਤੇ ਪ੍ਰਾਊਡ ਫੀਲ ਕਰੋਗੇ ਇਹ ਫਿਲਮ ਤੋਂ ਬਾਅਦ ਹੁਣ ਤਾਂ ਜਸਟੀਫਾਈ ਤੁਹਾਨੂੰ ਕਰਨਾ ਚਾਹੀਦਾ ਹੈ ਨਾ ਕਿ ਪੋਸਟਰ ਦੇ ਵਿੱਚ ਉਹ ਨਹੀਂ ਹੈਗੀਆਂ ਗਰਲਸ ਤਾਂ ਫਿਰ ਨੈਕਸਟ ਜਦੋਂ ਹੋਊਗਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਹੁਣ ਚਲੋ ਮੈਂ ਤੁਹਾਨੂੰ ਸੱਚ ਦੱਸ ਦਿੰਦਾ ਇੱਕ ਕੁੜੀ ਦੀ ਹਲੇ ਤਲਾਸ਼ ਇੱਕ ਐਕਟਰਸ ਹੋਰ ਹੈ ਉਹਦੀ ਤਲਾਸ਼ ਐਗਰੈਸਿਵ ਨਹੀਂ ਕਰਨਾ ਨਹੀਂ ਨਹੀਂ ਐਕਚੁਅਲੀ ਆਡੀਸ਼ਨ ਚੱਲ ਰਹੇ ਨੇ ਬਸ ਮੈਂ ਉਹੀ ਦੱਸਿਆ ਕਿ ਕਲੀਅਰ ਨਹੀਂ ਹੋ ਰਿਹਾ ਮੈਂ ਜਦੋਂ ਕਲੀਅਰ ਹੋ ਗਈ ਤੁਹਾਨੂੰ ਅਗਲੇ ਵਾਰੀ ਉਹ ਫੇਸ ਵੀ ਰਿਵੀਲ ਕਰਾਂਗਾ अच्छा मतलब तुम अपने बारे कह रहे हो चलो कोई गल नहीं अपने थिएटर आर्टिस्ट और की अरे मैं बैठा पीछे मेरा क्रिएटिव वो कास्टिंग सारा कर रहा है उन्होंने नंबर देके जाओ मैं कर ली अरे वन इंटरेक्शन बाय बाय हां कर लो